ਉਦੋਂ ਕਹਿਣ ਲੱਗੇ, ਕਹਿੰਦੇ ਬਜ਼ੁਰਗੋ ਤੁਹਾਡਾ ਜਿਹੜਾ ਕੋਈ ਸਮਾਨ ਹੈ ਜੇ ਕੋਈ ਸਤਿਗੁਰੂ ਤੱਕ ਲੈ ਕੇ ਜਾਣਾ ਹੈ ਤੇ ਮੈਂ ਲੈ ਚੱਲਦਾ। ਉਹਨਾਂ ਨੇ ਕਿਹਾ ਲੈ ਪੁੱਤਰਾ, ਜੇ ਗੁਰੂ ਸਾਹਿਬ ਦੀਆਂ ਜੋ ਵੀ ਭੇਟਾਵਾਂ ਲਿਆਂਦੀਆਂ ਉਹਨਾਂ ਨੇ ਭੇਟਾਵਾਂ ਚੱਕੀਆਂ। ਜਿਹੜੇ ਝੋਰੇ ਸਨ, ਬੈਗ ਗੰਢੜੀਆਂ ਸਨ, ਮੋਟੀਆਂ ਮੋਟੀਆਂ ਨੌਜਵਾਨ ਨੇ ਢੋਈਆਂ, ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਜਾ ਰੱਖੀਆਂ। ਕਰਦਿਆਂ ਕਰਾਉਂਦਿਆਂ ਜਦੋਂ ਬਜ਼ੁਰਗ ਜਿਹੜੀ ਸੰਗਤ ਸੀ ਉਹ ਕਹਿਣ ਲੱਗੀ, ਹੁਣ ਅਸੀਂ ਵੀ ਜਾਣਾ ਤੇ ਸਾਨੂੰ ਗੁਰੂ ਸਾਹਿਬ ਦੇ ਦਰਸ਼ਨ ਤੂੰ ਕਰਵਾਉਣੇ ਨੇ। ਉਹ ਨੌਜਵਾਨ ਨੇ ਕਿਹਾ ਦਰਸ਼ਨ ਕਰਵਾ ਦੇਵਾਂਗਾ। ਉਹ ਤੁਰੇ ਗਏ। ਨੌਜਵਾਨ ਜ਼ਿਆਦੇ ਅੱਗੇ ਥੋੜੀ ਕਾਹਲੀ ਝੋ ਗਏ, ਹੋ ਗਏ ਚਲੇ ਗਏ ਤੇ ਸੰਗਤ ਪਿੱਛੇ ਰਹਿ ਗਈ। ਸੰਗਤ ਜਦੋਂ ਦਰਬਾਰ ਸਾਹਿਬ ਪਹੁੰਚੀ ਨਾ ਤੇ ਸੰਗਤ ਨੇ ਪੁੱਛਿਆ ਕਿ ਬਾਬਾ ਬੁੱਢਾ ਸਾਹਿਬ ਤੋਂ, ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਸਾਨੂੰ ਐਂ ਦੱਸੋ ਗੁਰੂ ਅਰਜਨ ਸਾਹਿਬ ਮਹਾਰਾਜ ਕਿੱਥੇ ਨੇ? ਹਜੇ ਉਹ ਦਰਬਾਰ ਵਿੱਚ ਨਹੀਂ ਬੈਠੇ, ਗੁਰੂ ਅਰਜਨ ਸਾਹਿਬ ਹੈ ਕਿੱਥੇ? ਬਾਬਾ ਬੁੱਢਾ ਸਾਹਿਬ ਨੇ ਅੱਖਾਂ ਵਿੱਚ ਨੀਰ ਲੈ ਕੇ ਕਿਹਾ, ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਸਾਰੀ ਰਾਤ ਤੁਹਾਡੇ ਚਰਨਾਂ ਦੀ ਮੁੱਠਾ ਜਾਪੀ ਕਰੇਗੇ ਨੀ। ਆਖੋ ਸਤਨਾਮ ਸ਼੍ਰੀ। ਜਿਸ ਗੁਰੂ ਨੂੰ ਤੁਸੀਂ ਲੱਭਣ ਆਏ ਸੋ, ਜਿਸ ਗੁਰੂ ਦੇ ਤੁਸੀਂ ਦਰਸ਼ਨ ਕਰਨ ਆਏ ਹੋ, ਉਹ ਸਤਿਗੁਰੂ ਮਹਾਰਾਜ ਤੁਹਾਡੇ ਆਉਣ ਤੋਂ ਪਹਿਲਾਂ ਹੀ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ। ਤੁਸੀਂ ਜਿੰਨੇ ਸਰੀਰ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋ, ਇਹ ਡਾਇਰੈਕਟਲੀ ਸਿੱਧਾ ਕੋਈ ਹਜ਼ੂਰੀ ਵਿੱਚ ਨਹੀਂ ਆ ਸਕਦਾ। ਜਿਨ੍ਹਾਂ ਨੂੰ ਗੁਰੂ ਬੁਲਾਉਂਦਾ ਹੈ ਨਾ, ਉਹ ਵੀ ਆਉਂਦੇ ਨੇ ਤੇ ਬੰਦਾ ਸਕੀਮਾਂ ਹੀ ਕਰਦਾ ਰਹਿ ਜਾਂਦਾ। ਆਖੋ ਸਤਨਾਮ ਸ਼੍ਰੀ। ਕਿਉਂਕਿ ਸਕੀਮਾਂ ਬਣਦੀਆਂ ਨੇ, ਸਕੀਮਾਂ ਢਹਿੰਦੀਆਂ ਰਹਿੰਦੀਆਂ ਨੇ, ਪਲੈਨ ਬਣਦੇ ਨੇ, ਖਤਮ ਹੁੰਦੇ ਰਹਿੰਦੇ ਨੇ, ਪਰ ਯਾਤਰਾ ਸਫਲ ਉਦੋਂ ਹੀ ਹੁੰਦੀ ਹੈ ਜਦੋਂ ਹਜ਼ੂਰੀ 'ਚ ਬੰਦਾ ਪਹੁੰਚ ਜਾਂਦਾ। ਗੁਰੂ ਅਰਜਨ ਸਾਹਿਬ ਕਹਿੰਦੇ ਹੁਣ ਗੁਰੂ ਅਰਜਨ ਸਾਹਿਬ ਕਿੱਥੇ? ਸਾਰੇ ਬਜ਼ੁਰਗ ਸੰਗਤ ਸੀ ਆਪਸ ਵਿੱਚ ਗੱਲਾਂ ਕਰੇ ਵੀ ਕਰਨੇ ਤੇ ਗੁਰੂ ਦੇ ਦਰਸ਼ਨ ਸੀ ਘੁੱਟਣੇ ਤੇ ਗੁਰੂ ਦੇ ਪੈਰ ਸਨ, ਮੱਥਾ ਤੇ ਗੁਰੂ ਦੇ ਚਰਨਾਂ ਦਾ ਟੇਕਣਾ ਸੀ, ਸੇਵਾ ਗੁਰੂ ਦੀ ਕਰਨੀ ਸੀ, ਤੇ ਹੋਇਆ ਕੀ? ਕਹਿੰਦੇ ਸਤਿਗੁਰੂ ਤੋਂ ਤੁਸੀਂ ਸੇਵਾ ਕਰਾਈ ਗਏ, ਸਤਿਗੁਰੂ ਤੋਂ ਸਾਰੀ ਰਾਤ ਅਸੀਂ ਮੁੰਡਾ ਚਾਪੀ ਕਰਾਈ ਗਏ, ਪੈਰ ਭਗਾਈ ਗਏ, ਇਹਦੇ ਮਨ ਕੀ ਨਿਮਰਤਾ ਬੜੀ ਸਤਿਗੁਰਾਂ ਦੀ। ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਹੁਣ ਦੱਸੋ ਸਤਿਗੁਰੂ ਹੈ ਕਿੱਥੇ? ਅਸੀਂ ਤਾਂ ਮਾਫ਼ੀ ਮੰਗਣੀ ਹੈ ਉਹਨਾਂ ਤੋਂ। ਆਖੋ ਸਤਨਾਮ ਸ਼੍ਰੀ। ਕਿਤੇ ਕਿਤੇ ਮਾਫ਼ੀ ਮੰਗਣੀ ਹੈ, ਉਹਨਾਂ ਦੇ ਚਰਨਾਂ 'ਚ ਮੱਥਾ ਟੇਕਣਾ ਹੈ। ਗੁਰੂ ਸਾਹਿਬ ਤਖ਼ਤ ਤੇ ਤਾਂ ਦਿਸਦੇ ਨਹੀਂ, ਗੁਰੂ ਸਾਹਿਬ ਹੈ ਕਿੱਥੇ? ਬਾਬਾ ਬੁੱਢਾ ਸਾਹਿਬ ਨੇ ਇਸ਼ਾਰਾ ਕੀਤਾ, ਕਹਿਣ ਲੱਗੇ ਜਿਸ ਗੁਰੂ ਸਾਹਿਬ ਨੇ ਤੁਸੀਂ ਤਖ਼ਤਾਂ ਤੇ ਲੱਭ ਰਹੇ ਹੋ, ਉਹ ਸਤਿਗੁਰੂ ਮਹਾਰਾਜ ਸੰਗਤਾਂ ਦੇ ਜੋੜਿਆਂ ਦੀ ਸੇਵਾ ਕਰ ਰਹੇ ਨੇ। ਆਖੋ ਸਤਨਾਮ। ਉਹ ਸੰਗਤਾਂ ਦੇ ਜੋੜਿਆਂ ਦੀ ਸੇਵਾ ਕਰ ਰਹੇ ਨੇ। ਸੰਗਤ ਉੱਥੋਂ ਆਈ, ਗੁਰੂ ਅਰਜਨ ਸਾਹਿਬ ਮਹਾਰਾਜ ਜੋੜਿਆਂ ਵਿੱਚ ਬੈਠੇ ਤੇ ਜੋੜੇ ਪਏ ਝਾੜਨ। ਜੋੜੇ ਝਾੜਦੇ ਝਾੜਦੇ ਸੰਗਤ ਪਹੁੰਚੀ, ਸੰਗਤਾਂ ਨੇ ਜੋੜਿਆਂ ਵਿੱਚ ਹੀ ਮੱਥਾ ਟੇਕਿਆ, ਕਿਉਂਕਿ ਬੰਦੇ ਨੂੰ ਸੰਕੀਰਣ ਨਹੀਂ ਹੋਣਾ ਚਾਹੀਦਾ। ਜਿੱਥੇ ਸੰਗਤਾਂ ਦੇ ਜੋੜੇ ਆਉਂਦੇ ਨੇ ਉੱਥੇ ਵੀ ਸਾਨੂੰ ਨਮਸਕਾਰ ਕਰਨੀ ਚਾਹੀਦੀ, ਕਿਉਂਕਿ ਜੇ ਪੈਰਾਂ ਵਿੱਚ ਜੋੜਾ ਨਾ ਹੋਵੇ ਨਾ
ਤੇ ਸਾਡੇ ਚਰਨਾਂ ਦੇ ਅੰਦਰ ਕੰਡਾ ਕੰਕਰੀਟ ਵੱਜ ਸਕਦਾ ਏ ਤੇ ਪੈਰ ਹਿਫਾਜ਼ਤ ਦਰਿਆਲ ਤਾਂਹੀਓ ਇੱਥੇ ਪਹੁੰਚ ਕੇ ਜੋੜੇ ਦੀ ਮਦਦ ਹੋਈ ਹੈ। ਪਹਿਲਾਂ ਸਭ ਤੋਂ ਪਹਿਲਾਂ ਪੈਰਾਂ ਵਿੱਚ ਪਾਉਣ ਵਾਲੇ ਜੋੜੇ ਦਾ ਵੀ ਸ਼ੁਕਰਾਨਾ ਕਰਿਆ ਕਰੀਏ, ਤੇਰੇ ਸਦਕੇ ਸਾਡੇ ਪੈਰ ਸਲਾਮਤ ਗੁਰੂ ਦੀ ਹਜ਼ੂਰੀ ਚ ਪਹੁੰਚ ਗਏ ਨੇ। ਆਗੋ ਸਤਨਾਮ ਪੈਰ ਹਿਫਾਜ਼ਤ ਨਾਲ ਤਾਂਹੀਓ ਪਹੁੰਚਦੇ ਨੇ ਜੀ। ਉਧਰੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਬੈਠੇ ਤੇ ਬਾਬਾ ਬੁੱਢਾ ਸਾਹਿਬ ਨੇ ਮਿਲਤਾ, ਬਾਬਾ ਬੁੱਢਾ ਸਾਹਿਬ ਕਰੋ ਕਿਰਪਾ, ਇਹ ਸੰਗਤ ਨੂੰ ਜਲ ਪਾਣੀ ਛਕਾਓ। ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਅੱਗੋਂ ਕਹਿੰਦੇ ਨੇ ਕਿ ਦੇਖੋ ਸਤਿਗੁਰੂ ਜੀ, ਸਾਰੀ ਰਾਤ ਤੁਸੀਂ ਇਹਨਾਂ ਸੰਗਤਾਂ ਦੀ ਸੇਵਾ ਵਿੱਚ ਰਹੇ ਹੋ, ਸੰਗਤ ਨੂੰ ਰਾਤ ਨੂੰ ਪਤਾ ਨਹੀਂ ਲੱਗਿਆ, ਹੁਣ ਸੰਗਤ ਨੂੰ ਪਤਾ ਲੱਗ ਗਿਆ। ਇਸੇ ਕਰਕੇ ਸੰਗਤ ਨੇ ਕਿਹਾ ਹੈ ਪਹਿਲਾਂ ਗੁਰੂ ਸਾਹਿਬ ਪ੍ਰਸ਼ਾਦਾ ਪਾਣੀ ਛਕਣਗੇ, ਉਸ ਤੋਂ ਬਾਅਦ ਅਸੀਂ ਛਕਾਂਗੇ। ਬਾਬਾ ਬੁੱਢਾ ਸਾਹਿਬ ਹੱਥ ਜੋੜ ਕੇ ਕਹਿੰਦੇ ਕਿ ਸਤਿਗੁਰੂ ਮਹਾਰਾਜ, ਹੁਣ ਜੋੜਿਆਂ ਤੋਂ ਖਲੋ ਜਾਓ, ਆਪਣੇ ਤਖ਼ਤ ਤੇ ਬੈਠੋ, ਸੰਗਤ ਤੁਹਾਨੂੰ ਉਡੀਕ ਰਹੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਜੋੜਿਆਂ ਦੇ ਸਦਕੇ ਗੁਰੂ ਨਾਨਕ ਦੇ ਘਰ ਦਾ ਪਿਆਰ ਮਿਲਿਆ, ਇੱਥੇ ਸੰਗਤ ਦਾ ਜੋੜਾ ਨਹੀਂ, ਇਹਨਾਂ ਜੋੜਿਆਂ ਦੇ ਅੰਦਰ ਮੇਰੇ ਗੁਰੂ ਨਾਨਕ ਦਾ ਜੋੜਾ ਵੀ ਪਿਆ ਹੋਇਆ। ਅੱਗੋਂ ਸਤਨਾਮ, ਇਸ ਕਰਕੇ ਜੋ ਜੋੜਿਆਂ ਦੀ ਸੇਵਾ ਹੈ ਇਹ ਸਾਡੀ ਨਹੀਂ ਵੀ ਅਸੀਂ ਵੱਡੇ ਸਰਦਾਰ ਹਾਂ ਤੇ ਅਸੀਂ ਕਿਸੇ ਦੇ ਜੁੱਤੀ ਜੋੜਾ ਕਿਉਂ ਚੱਕੀਏ, ਕਿਉਂਕਿ ਸਰਦਾਰੀਆਂ ਉਦੋਂ ਖਤਮ ਹੋ ਜਾਂਦੀਆਂ ਨੇ ਜਦੋਂ ਬੰਦੇ ਦੇ ਹੱਥ ਜੁੜ ਜਾਣ। ਆਓ ਤੁਹਾਡਾ ਧਿਆਨ ਲੈ ਚੱਲਣਾ, ਭਾਈ ਸਾਹਿਬ ਨੇ ਵੀ ਪਹੁੰਚਣ ਵਾਲੇ ਨੇ। ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰੀ ਜਦੋਂ ਵੀ ਸਿੱਖ ਹੱਥ ਜੋੜਦਾ ਹੈ ਨਾ, ਹੱਥ ਬੰਦੇ ਦੇ ਉੱਥੇ ਜੁੜਦੇ ਨੇ ਜਿੱਥੇ ਤਾਕਤ ਖਤਮ ਹੋ ਜਾਂਦੀ ਹੈ। ਆਖੋ ਸਤਨਾਮ, ਜਿੱਥੇ ਤਾਕਤ ਖਤਮ ਹੋ ਗਈ ਨਾ ਹੱਥ ਉੱਥੇ ਜੁੜਦੇ ਨੇ, ਨਹੀਂ ਤੇ ਤਕੜਾ ਬੰਦਾ ਕਿਸੇ ਮੂਹਰੇ ਹੱਥ ਜੋੜਦਾ ਹੀ ਨਹੀਂ। ਬੰਦਾ ਕਿੱਥੇ ਹੱਥ ਜੋੜਦਾ ਕਿਸੇ ਮੂਹਰੇ? ਕਿਸੇ ਮੂਹਰੇ ਨਹੀਂ ਜੋੜਦਾ, ਹੱਥ ਉੱਥੇ ਜੁੜਦੇ ਨੇ ਜਦੋਂ ਬੰਦੇ ਦੀ ਬੱਸ ਹੋ ਜਾਏ ਵੀ ਬੰਦਾ ਕਹਿੰਦਾ ਭਰਾਵਾ ਮੇਰੇ ਹੱਥ ਬੰਨੇ, ਹੁਣ ਜਿਵੇਂ ਤੂੰ ਕਰਨਾ ਉਵੇਂ ਕਰੇਗਾ। ਇੱਕ ਸ਼ਬਦ ਅਸੀਂ ਘਰਾਂ ਵਿੱਚ ਵਰਤਦੇ ਹਾਂ ਵੀ ਫਲਾਨਾ ਮੰਤਰੀ, ਫਲਾਨਾ ਬੰਦਾ ਮੇਰੇ ਹੱਥ ਵਿੱਚ। ਬੰਦਾ 6-6.5 ਫੁੱਟ ਦਾ, ਹੱਥ ਛੋਟਾ ਜਾ, 6.5 ਫੁੱਟ ਦਾ ਬੰਦਾ ਹੁਣ ਨਿੱਕੇ ਜਿਹੇ ਹੱਥ ਵਿੱਚ ਕਿਵੇਂ ਆਏਗਾ? ਇਹਦਾ ਮਤਲਬ ਉਸ ਬੰਦੇ ਦੇ ਹੱਥ ਵਿੱਚ ਇੰਨੀ ਤਾਕਤ ਹੈ, ਜਿਵੇਂ ਉਹ ਬੰਦਾ ਚਲਾਵੇ ਉਵੇਂ ਉਹ ਚੱਲ ਸਕਦਾ। ਤੇ ਇਸੇ ਕਰਕੇ ਗੁਰੂ ਸਾਹਿਬ ਨੂੰ ਕਹਿੰਦੇ ਆ ਵੀ ਸੱਚੇ ਪਾਤਸ਼ਾਹ ਦੀਨ ਦੁਨੀਆ ਦਰਕ ਮੰਦੇ ਆਕਸੀ ਰੁਕਸਾਰ ਮਾਂ, ਇਹ ਦੀਨ ਦੁਨੀਆ ਜਿੰਨੀ ਵੀ ਹੈ ਇਹ ਤੇਰੀ ਹੈ, ਇਹ ਤੇਰੇ ਹੱਥ ਦੇ ਅੰਦਰ ਹੈ। ਬੰਦੇ ਦਾ ਹੱਥ ਛੋਟਾ, ਬੰਦਾ ਫਿਰ ਵੀ ਕਹਿੰਦਾ ਮੇਰੇ ਹੱਥ ਵਿੱਚ ਫਲਾਨਾ ਬੰਦਾ ਵੀ ਹੈ, ਫਲਾਨਾ ਕੰਮ ਮੇਰੇ ਹੱਥ ਵਿੱਚ ਹੈ, ਫਲਾਨਾ ਬਿਜ਼ਨਸ ਮੇਰੇ ਹੱਥ ਵਿੱਚ ਹੈ। ਨਿੱਕਾ ਜਿਹਾ ਹੱਥ, ਕਿੰਨਾ ਕੁਝ ਹੱਥ ਬੰਦਾ ਕਰੀ ਬੈਠਾ ਹੈ, ਤੇ ਦੁਨੀਆ ਬੜੀ ਛੋਟੀ ਹੈ ਤੇ ਰੱਬ ਦਾ ਹੱਥ ਬੜਾ ਵੱਡਾ। ਜੇ ਆਖੋ ਸਤਨਾਮ, ਰੱਬ ਦਾ ਹੱਥ ਬੜਾ ਵੱਡਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਬਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਿਉ ਜੀ ਤੁਹਾਡੀ ਆਪਣੀ ਸੁਰਤ ਹੈ ਨਾ, ਦੁਨੀਆ ਤੁਹਾਨੂੰ ਇਹੋ ਜਿਹੀ ਦਿਸਣ ਲੱਗ ਪਏ। ਪਾਣੀ ਦਾ ਗਲਾਸ ਕਹਿੰਦੇ ਅੱਧਾ ਹੋਵੇ,
ਤੇ ਕਿਸੇ ਨੂੰ ਪਕੜਾ ਦਈਏ ਜਿਹਦੇ ਅੰਦਰ ਆਪਣੇ ਗੁਣ ਨੇ ਉਹ ਪਾਣੀ ਦਾ ਗਲਾਸ ਦੇਖ ਕੇ ਕਹੇਗਾ ਇਹ ਪਾਣੀ ਦਾ ਗਲਾਸ ਅੱਧਾ ਭਰਿਆ ਹੋਇਆ ਜਿਹੜੇ ਮੇਰੇ ਵਗੈਰ ਨਗੋਜਾਂ ਜੇ ਕਿਸੇ ਨੇ ਕਰਨੀਆਂ ਨੂੰ ਇੱਕੋ ਹੀ ਗੱਲ ਕਹੇਗਾ ਪਾਣੀ ਦਾ ਗਲਾਸ ਅੱਧਾ ਖਾਲੀ ਗੱਲਾਂ ਦੋਨਾਂ ਦੀਆਂ ਸਹੀ ਨੇ ਪਰ ਤੱਤ ਭਾਵ ਗੁਣ ਜਿਹੜਾ ਪ੍ਰਗਟ ਕਰਨਾ ਹੈ ਉਹਦਾ ਇੱਕ ਆਪਣਾ ਭਰਿਆ ਹੈ ਉਹ ਕਹਿ ਰਹੇ ਪਾਣੀ ਦਾ ਗਲਾਸ ਅੱਧਾ ਹੈ ਅੱਧਾ ਪਾਣੀ ਇਹਦੇ ਚ ਦੂਜੇ ਨੇ ਕਹਿਣਾ ਕਿਹੜਾ ਅੱਧਾ ਹੈ ਅੱਧਾ ਤਾਂ ਖਾਲੀ ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਨਹੀਂ ਆਪ ਸਵਾਰੇ ਮੈਂ ਮਿਲੈ ਮੈਂ ਮਿਲਿਆ ਸੁੱਖ ਹੋਏ ਆਪ ਨੂੰ ਸਵਾਰ ਲੈ ਜਿਸ ਨੂੰ ਬੰਦੇ ਨੇ ਆਪ ਨੂੰ ਸਵਾਰ ਲਿਆ ਲਿਆ ਆਪਾਂ ਸਵਾਰ ਲਿਆ ਆਪਣੀ ਨੀਤਾਂ ਸ਼ੁੱਧ ਕਰ ਲਈਆਂ ਦੁਨੀਆਂ ਸਾਰੀ ਸੁਧਰ ਜਾਂਦੀ ਹੈ ਜਦੋਂ ਬੰਦਾ ਆਪ ਨੂੰ ਸੁਧਾਰ ਲੈਂਦਾ ਹੈ ਕਿਉਂਕਿ ਹੁਣ ਮੇਰੀ ਨਿਗਾਹ ਘੱਟ ਹੈ ਤੇ ਮੈਨੂੰ ਜਿੰਨੇ ਤੁਹਾਡੇ ਚਿਹਰੇ ਨੇ ਬੜੇ ਫਿੱਕੇ ਫਿੱਕੇ ਧੁੰਦਲੇ ਦਿਸਦੇ ਹੁਣ ਮੇਰੇ ਮਨ ਨੂੰ ਤਾਂ ਇਹ ਹੋ ਗਿਆ ਵੀ ਸਾਰਾ ਕੰਮ ਧੁੰਦਲਾ ਹੋ ਗਿਆ ਪਰ ਅਸਲ ਗੱਲ ਤਾਂ ਹੈ ਦੁਨੀਆਂ ਧੁੰਦਲੀ ਨਹੀਂ ਹੈ ਮੇਰੀ ਅੱਖਾਂ ਦੀ ਆਪਣੀ ਪੂਰੀ ਰੋਸ਼ਨੀ ਨਹੀਂ ਹੈ ਕੋ ਸਤਨਾਮ ਸ਼੍ਰੀ ਜੇ ਕਿਸੇ ਨੂੰ ਕਿਸੇ ਵਿੱਚ ਕੋਈ ਧੁੰਦਲ ਪੁਣਾ ਦਿਸਦਾ ਹੈ ਧੁੰਦਲ ਪੁਣਾ ਦੁਨੀਆਂ ਵਿੱਚ ਨਹੀਂ ਇਹ ਧੁੰਦਲ ਪੁਣਾ ਮੇਰੀ ਆਪਣੀ ਅੱਖਾਂ ਦੇ ਵਿੱਚ ਹੈ ਸਤਿਗੁਰੂ ਸਾਹਿਬ ਉੱਤੇ ਬਚਨ ਵੀ ਕਰਦੇ ਨੇ ਕਿਹਦੇ ਜਿਹੜੇ ਤੇਰੇ ਅੱਖਾਂ ਦੇ ਆਪਣਾ ਧੁੰਦਲਾ ਪੁਣਾ ਹੈ ਤੂੰ ਆਪਣਾ ਅੱਖਾਂ ਦਾ ਧੁੰਦਲਾ ਪੁਣਾ ਕੱਢ ਲੈ ਦੁਨੀਆਂ ਬੜੀ ਸਾਫ਼ ਹੈ ਆਪੋ ਸਤਨਾਮ ਸ਼੍ਰੀ ਆਪ ਸਵਾਰੇ ਮੈਂ ਮਿਲੈ ਮੈਂ ਮਿਲਿਆ ਸੁੱਖ ਹੋਏ ਆਪ ਨੂੰ ਸਵਾਰ ਲੈ ਇਹਦਾ ਮਤਲਬ ਜੇ ਚੰਗਾ ਦੇਖਣਾ ਹੈ ਧੁੰਦਲਾ ਨਹੀਂ ਦੇਖਣਾ ਸਾਫ਼ ਦੇਖਣਾ ਹੈ ਤੇ ਆਪਣੀਆਂ ਐਨਕਾਂ ਚੰਗੀਆਂ ਚੜ੍ਹਾ ਲੈ ਜੇ ਦੁਨੀਆਂ ਨੂੰ ਕਾਲਾ ਦੇਖਣਾ ਹੈ ਤੇ ਕਾਲੀਆਂ ਚੜ੍ਹਾ ਲੈ ਜੇ ਸਾਫ਼ ਦੇਖਣਾ ਹੈ ਤੇ ਚਿੱਟੀਆਂ ਚੜ੍ਹਾ ਲੈ ਜੇ ਮੰਦੇ ਗੁਣ ਪ੍ਰਗਟ ਕਰਨੇ ਨੇ ਤੇ ਮੰਦਿਆਂ ਦੀ ਸੰਗਤ ਦੁਨੀਆਂ ਦੇ ਵਿੱਚ ਕੋਈ ਘਾਟਾ ਨਹੀਂ ਤੇ ਉੱਤੇ ਕਰ ਸਕਦਾ ਹੈ ਜੇ ਗੁਰੂ ਦੀ ਸੰਗਤ ਕਰਨੀ ਹੈ ਤੇ ਗੁਰੂ ਵਾਲਿਆਂ ਵਾਲੇ ਬੈਠੇ ਆ ਕੇ ਜੇ ਆਪ ਸਵਾਰਨਾ ਆਪ ਸਵਾਰੇ ਮੈਂ ਮਿਲੈ ਸਤਿਗੁਰੂ ਸਾਹਿਬ ਕਹਿੰਦੇ ਆਪ ਨੂੰ ਸਵਾਰਨਾ ਤੈਨੂੰ ਮੈਂ ਮਿਲ ਜਾਵਾਂਗਾ ਦੁਨੀਆਂ ਦੇ ਅੰਦਰ ਸੁੱਖ ਮਿਲੇ ਧੀ ਮਿਲੇ ਪੁੱਤ ਮਿਲੇ ਪਰਿਵਾਰ ਮਿਲੇ ਧਨ ਮਿਲੇ ਜਿੰਨਾ ਕੁਝ ਮਰਜ਼ੀ ਬੰਦੇ ਨੂੰ ਮਿਲ ਜਾਏ ਜਿੰਨਾ ਚਿਰ ਰੱਬ ਦਾ ਨਾਂ ਨਹੀਂ ਮਿਲਿਆ ਨਾ ਅੰਦਰ ਠੰਡਾ ਨਹੀਂ ਹੁੰਦਾ ਬੰਦੇ ਬਾਣੀ ਨੂੰ ਪੁੱਛੀਏ ਵੀ ਸਭ ਤੋਂ ਵੱਡਾ ਸੁੱਖ ਹੈ ਕਿਹੜਾ ਜਿਹੜਾ ਬੰਦੇ ਨੂੰ ਮਿਲ ਜਾਏ ਤੇ ਸਭ ਤੋਂ ਵੱਡਾ ਦੁੱਖ ਹੈ ਕਿਹੜਾ ਜਿਹੜਾ ਬੰਦੇ ਨੂੰ ਲੱਗ ਜਾਏ ਤੇ ਬੰਦਾ ਪਾਗਲ ਹੋ ਜਾਂਦਾ ਤੇ ਸਤਿਗੁਰੂ ਸਾਹਿਬ ਕਹਿੰਦੇ ਦੁਨੀਆਂ ਦਾ ਜੇ ਸੁੱਖ ਦੇਖਣਾ ਹੈ ਸਭ ਤੋਂ ਵੱਡਾ ਸੁੱਖ ਜਿਹੜਾ ਹੈ ਇਹ ਗੁਰਬਾਣੀ ਸਭ ਤੋਂ ਵੱਡਾ ਸੁੱਖ ਹੈ ਗੁਰੂ ਦੀ ਸੰਗਤ ਸਭ ਤੋਂ ਵੱਡਾ ਸੁੱਖ ਹੈ ਜੇ ਤੂੰ ਦੁਨੀਆਂ ਦੇ ਅੰਦਰ ਦੁੱਖ ਦੇਣਾ ਦੇਖਣਾ ਹੈ ਤੇ ਦੁਨੀਆਂ ਦਾ ਸਭ ਤੋਂ ਵੱਡਾ ਸੁੱਖ ਹੀ ਸਭ ਤੋਂ ਵੱਡਾ ਦੁੱਖ ਹੈ ਫਿਰ ਸੁਣੋ ਜੇ ਸੁੱਖ ਦੇਖਣਾ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੇਵਾ ਤੋਂ ਬਿਨਾਂ ਬਾਣੀ ਤੋਂ ਬਿਨਾਂ ਸੁੱਖ ਹੈ ਹੀ ਕਿਤੇ ਨਹੀਂ ਜੇ ਦੁੱਖ ਦੇਖਣਾ ਹੈ ਤੇ ਦੁਨੀਆਂ ਦਾ